ਜੀ ਹੁਣ ਆਪਾਂ ਚੱਲਦੇ ਹਾਂ ਮਿਊਜ਼ੀਅਮ ਦੇ ਅੰਦਰ, ਤੇ ਅੰਦਰ ਜਾ ਕੇ ਆਪਾਂ ਅੰਕਲ ਨੂੰ ਮਿਲਦੇ ਹਾਂ। ਇੱਥੋਂ ਦੇਖੋ ਜੀ ਕਿੰਨਾ ਸੋਹਣਾ ਸਜਿਆ ਗਿਆ ਇੱਧਰ, ਆਹ ਇੱਧਰ ਬੜਾ ਸੋਹਣਾ ਬਣਾਇਆ ਗਿਆ। ਇਹਨੂੰ ਕੀ ਕਹਿ ਦਾਂਗੇ ਆਪਾਂ, ਪੂਲ ਕਹਾਂਗੇ। ਉਹਨਾਂ ਦੇ ਫਾਊਂਟੇਨ ਲਾਏ ਹੋਏ ਆ ਇੱਧਰ ਸਾਰੇ ਪਾ। ਜਦੋਂ ਪੌੜੀਆਂ ਚੜ੍ਹਦੇ ਹਾਂ ਸਾਈਡਾਂ 'ਤੇ ਰੇਲਿੰਗ ਆਪਾਂ ਬੁਲਾਉਂਦੇ ਹਾਂ, ਅਤੇ ਇਹਨਾਂ ਦੇ ਸਾਈਡਾਂ 'ਤੇ ਜਿਹੜੀਆਂ ਛੋਟੀਆਂ ਛੋਟੀਆਂ ਪੌੜੀਆਂ ਬਣਾ ਕੇ ਉਹਨਾਂ 'ਚੋਂ ਵੀ ਪਾਣੀ ਆ ਜਿਹੜਾ ਆ ਰਿਹਾ ਬਾਹਰ। ਆਹ ਕੁਛ ਇਸ ਤਰ੍ਹਾਂ ਰੰਗ ਬਿਰੰਗੇ ਫੁੱਲ, ਸੁੰਦਰ ਸੁੰਦਰ ਡੈਕੋਰੇਸ਼ਨ ਹੈ ਜਿਹੜੀ, ਉਹ ਵੀ ਬਹੁਤ ਵਾਹ ਕਮਾਲ ਕੀਤੀ ਹੋਈ ਆ। ਜਿਵੇਂ ਇੱਥੇ ਉਹ ਵਾਲੇ ਪੱਥਰਾਂ ਨੂੰ ਵੇਖ ਕੇ ਲੱਗਦਾ ਨਹੀਂ ਸੀ। ਇੱਧਰ ਬੈਠਣ ਨੂੰ ਬੜਾ ਵਧੀਆ ਪ੍ਰਬੰਧ ਆ। ਇੱਧਰ ਗਮਲਿਆਂ 'ਚ ਵੀ ਫੁੱਲ ਲਾਏ ਆ ਅਤੇ ਥੱਲੇ ਵੀ ਲਾਏ ਹੋਏ ਆ। ਇਸ ਤਰ੍ਹਾਂ ਬਹੁਤ ਸੋਹਣੇ ਆ, ਬਹੁਤ ਸੋਹਣਾ। ਹਾਂਜੀ ਇਹ ਇੱਥੇ ਕੰਸਟਰਕਸ਼ਨ ਦਾ ਕੰਮ ਚੱਲ ਰਿਹਾ, ਅਤੇ ਆਹ ਇਹਨਾਂ ਨੂੰ ਪਿੱਲਰ ਦਿੱਤੇ ਜਾ ਰਹੇ ਆ ਬੈਠਣ ਨੂੰ। ਬਾਈ ਕਿਆ ਕਰ ਰਹੇ ਹੋ ਆਪ, ਕਿਆ ਕੰਮ ਕਰ ਰਹੇ ਹੋ ਜੀ ਪਤਾ ਨਾ। ਇਹਦੇ ਉੱਪਰੋਂ ਵੀ ਪਾਣੀ ਆ ਰਿਹਾ ਜੀ, ਪਾਣੀ ਦੇ ਤੁਪਕੇ ਆ ਜਿਹੜੇ ਇਹਦਾ, ਉਹ ਉੱਥੇ ਮੈਨੂੰ ਇੱਕ ਦਿਖਾਈ ਦੇ ਰਿਹਾ ਅੰਦਰ, ਟੂਟੀ ਹੋ ਸਕਦਾ ਉੱਪਰ ਇਹਦਾ ਦਿੱਤਾ ਹੋਵੇ। ਫੁੱਲ ਵਾਹ ਕਮਾਲ ਫੁੱਲ, ਵਾਓ ਰੂਹ ਖੁਸ਼ ਹੋ ਗਈ ਇੱਥੇ ਆ ਕੇ, ਹੈ ਨਾ ਜੀ। ਜਿਹੋ ਜਿਹਾ ਮੈਂ ਸੋਚਿਆ ਸੀ, ਮੈਂ ਤਾਂ ਉਸ ਤੋਂ ਬਹੁਤ ਜ਼ਿਆਦਾ ਵਧੀਆ ਚੀਜ਼ ਪਾਈ ਆ ਇੱਥੇ। ਮੈਂ ਮਿਊਜ਼ੀਅਮ ਤਾਂ ਸੁਣਿਆ ਸੀਗਾ, ਪਰ ਇੰਨੀ ਵਧੀਆ ਚੀਜ਼ ਮਿਲੂਗੀ ਮੈਨੂੰ ਇਹ ਨਹੀਂ ਸੀ ਮੈਂ ਸੁਣਿਆ ਸੋਚਿਆ। ਦੇਖੋ ਆਹ ਕੁਛ ਬਣਾਇਆ ਹੋਣਾ ਇਤਿਹਾਸ ਨਾਲ ਰਿਲੇਟਡ ਹੀ। ਇਹ ਆਪਾਂ ਅੰਕਲ ਨਾਲ ਮਿਲ ਕੇ ਹੀ ਗੱਲ ਕਰਦੇ ਹਾਂ, ਮੇਰੇ ਹਸਬੈਂਡ ਅਤੇ ਬੇਟੀ ਤਾਂ ਅੰਕਲ ਨੂੰ ਮਿਲ ਲਏ। ਮੈਨੂੰ ਬਹੁਤ ਸੀ ਇੱਛਾ ਅੰਕਲ ਨੂੰ ਮਿਲਣ ਦੀ, ਅਤੇ ਮੈਂ ਚੱਲ ਕੇ ਆਪਾਂ ਮਿਲਦੇ ਹਾਂ ਅੰਕਲ ਨੂੰ। ਅੰਕਲ ਇਹਨਾਂ ਨੂੰ ਲੈ ਗਏ ਅੰਦਰ, ਇੱਥੇ ਬੈਠਣ ਨੂੰ ਬੜਾ ਵਧੀਆ ਬਣਿਆ ਗਿਆ। ਆਹ ਦੇਖੋ ਇੱਦਾਂ ਟੂਟੀ ਚੱਲਦੀ ਹੈ, ਅਤੇ ਪਾਣੀ ਹੈ ਜਿਹੜਾ ਉਸੇ ਪਾਣੀ ਨਾਲ ਬੂਟਿਆਂ ਨੂੰ ਫੁੱਲ ਬੂਟਿਆਂ ਨੂੰ ਸਿੰਜਿਆ ਜਾ ਰਿਹਾ। ਨਮਸਤੇ ਅੰਕਲ, ਆਪ ਮੇਰੇ ਕੋ ਆਜ ਦੇਖ ਰਹੇ ਹੋ ਪਹਿਲੀ ਵਾਰ ਜੀ, ਮਗਰ ਮੈਨੇ ਆਪਕੋ ਬਹੁਤ ਟਾਈਮ ਸੇ ਦੇਖਾ, ਏਕ ਸਾਲ ਸੇ ਆਪਕੋ ਬਹੁਤ ਵਾਰ ਦੇਖਾ ਹੈ ਜੀ। ਜੀ ਨਹੀਂ ਜੀ, ਬਹੁਤ ਬਹੁਤ ਸ਼ੁਕਰੀਆ ਮੈਮ, ਹਮ ਜੈਸਾ ਇੱਕ ਗਰੀਬ ਆਦਮੀ ਕੋ। ਨਹੀਂ ਨਹੀਂ ਅੰਕਲ, ਆਪ ਜੋ ਹੋ ਨਾ ਵੋ ਕੋਈ ਔਰ ਨਹੀਂ ਬਣ ਸਕਤਾ।